ਗੱਲ ਪੈਨਸ਼ਨ ਦੀ ਨਹੀਂ ਸੀ, ਗੱਲ ਅਹੰਕਾਰ ਦੀ ਵੀ ਨਹੀਂ ਸੀ, ਗੱਲ ਸੀ ਆਪਣੇ ਮਾਣ ਦੀ, ਆਪਣੀ ਅਣਖ ਦੀ। ਬਾਕੀ ਇਹ ਦਿਲ ਤਾਂ ਬਸ ਇਸ ਜ਼ਿੱਦ 'ਤੇ ਅੜਿਆ ਸੀ, ਜਾਂ ਤਾਂ ਇਹਨੂੰ ਸਭ ਕੁਛ ਚਾਹੀਦਾ ਸੀ ਜਾਂ ਕੁਛ ਵੀ ਨਹੀਂ। ਸੈਲਿਊਟ ਹੈ ਕੇਂਦਰ ਸਰਕਾਰ ਨੂੰ ਜਿਸ ਨੇ ਵਨ ਰੈਂਕ ਵਨ ਪੈਨਸ਼ਨ ਯੋਜਨਾ ਦੇ ਤਹਿਤ ਫੌਜੀਆਂ ਨੂੰ ਉਹਨਾਂ ਦਾ ਉਹ ਹੱਕ ਦਿੱਤਾ ਜਿਸ ਦੇ ਉਹ ਕਾਬਿਲ ਸਨ। ਵਨ ਰੈਂਕ ਵਨ ਪੈਨਸ਼ਨ ਯੋਜਨਾ ਦੇ ਨਾਲ ਕੇਂਦਰ ਸਰਕਾਰ ਨੇ 18 ਲੱਖ ਤੋਂ ਵੱਧ ਫੌਜੀਆਂ ਅਤੇ 3 ਲੱਖ ਤੋਂ ਵੱਧ ਫੌਜੀਆਂ ਦੀਆਂ ਵਿਧਵਾਵਾਂ ਨੂੰ ਉਹਨਾਂ ਦਾ ਅਧਿਕਾਰ ਦਿੱਤਾ। ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਦੇਸ਼ ਬਦਲ ਰਿਹਾ ਹੈ, ਅੱਗੇ ਵੱਧ ਰਿਹਾ। ਵਨ ਰੈਂਕ ਵਨ ਪੈਨਸ਼ਨ ਯੋਜਨਾ ਦੇ ਬਾਰੇ ਵਧੇਰੇ ਜਾਣਕਾਰੀ ਲਈ www.desw.gov.in 'ਤੇ ਲੌਗਇਨ ਕਰੋ।